ਘਰੇ ਲੜਾਈ, ਉਹਨੇ ਪਾਸਪੋਰਟ ਪਾੜ ਦਿੰਦੀ, ਮੈਂ ਨਹੀਂ ਜਾਣ ਦੇਣਾ। ਹਾਂਜੀ ਮੈਂ ਪਾੜਿਆ, ਮੈਂ ਝੂਠ ਨਹੀਂ ਬੋਲਦੀ। ਇੱਥੇ ਵੀ ਰੱਖ ਕਮਾਉਣ ਦਾ ਸੀ ਤੇ ਕੀ ਹੁਣ ਨਹੀਂ ਕਮਾਇਆ ਜਾਂਦਾ। ਮੈਂ ਕਿਹਾ ਵੀ ਸਾਹਿਲ ਨਹੀਂ ਜਾਣਾ, ਫਿਰ ਮੈਂ ਗੁੱਸੇ 'ਚ ਇਹੀ ਪੜਨ ਮੇਰੇ ਗਲ ਪਿਆ। ਬਾਹਰ ਜਾਣ ਦੀ ਪੰਜਾਬੀਆਂ ਨੂੰ ਇੰਨੀ ਜਲਦੀ ਤੇ ਲਗਨ ਹੈ ਕਿ ਉਹ ਕਰਜ਼ਾ ਚੱਕ ਕੇ ਵੀ ਵਿਦੇਸ਼ ਜਾਣ ਲਈ ਤਿਆਰ ਹੋ ਜਾਂਦੇ ਨੇ, ਪਰ ਇਸ ਔਰਤ ਨੂੰ ਆਪਣੇ ਪਤੀ ਦਾ ਵਿਦੇਸ਼ ਜਾਣਾ ਬਿਲਕੁਲ ਪਸੰਦ ਨਹੀਂ ਹੈ, ਜਿਸ ਕਾਰਨ ਪਤਨੀ ਨੇ ਆਪਣੇ ਪਤੀ ਦਾ ਪਾਸਪੋਰਟ ਹੀ ਫਾੜ ਦਿੱਤਾ। ਇਹ ਮਾਮਲਾ ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਤੋਂ ਸਾਹਮਣੇ ਹੈ, ਜਿੱਥੇ ਪਤਨੀ ਵੱਲੋਂ ਪਾਸਪੋਰਟ ਫਾੜ ਕੇ ਨਾ ਸਿਰਫ ਪਤੀ ਨੂੰ ਨਿਰਾਸ਼ ਕੀਤਾ ਗਿਆ ਬਲਕਿ ਉਸਦੇ ਦਿਲ ਨੂੰ ਵੀ ਫਾੜ ਦਿੱਤਾ ਗਿਆ, ਜਿਸ ਕਾਰਨ ਪਤੀ ਹੁਣ ਆਪਣੀ ਹੀ ਪਤਨੀ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ। ਨੌਜਵਾਨ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਆਪਣੇ ਘਰ ਵਾਪਸ ਆਇਆ ਸੀ ਤੇ ਥੋੜੇ ਦਿਨਾਂ 'ਚ ਹੀ ਨੌਜਵਾਨ ਨੇ ਨਿਊਜ਼ੀਲੈਂਡ ਵੀ ਜਾਣਾ ਸੀ। ਪੀੜਤ ਨੌਜਵਾਨ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਾਡੇ ਪਿੰਡ ਨਸ਼ਾ ਬਹੁਤ ਵਿਕਦਾ ਹੈ, ਨਸ਼ੇ ਦੀ ਲੱਤ ਤੋਂ ਬਚਾਉਣ ਲਈ ਉਸਨੇ ਆਪਣੇ ਪੁੱਤ ਨੂੰ ਕਰਜ਼ਾ ਚੱਕ ਕੇ ਦੁਬਈ ਦੇ ਵਿੱਚ ਭੇਜਿਆ ਸੀ ਕੰਮ ਕਰਨ ਲਈ, ਤੇ ਹੁਣ ਉਸਦਾ ਪੁੱਤ 1 ਸਾਲ ਲਗਾ ਕੇ ਦੁਬਈ ਤੋਂ ਵਾਪਸ ਘਰ ਪਰਤਿਆ ਅਤੇ ਹੁਣ ਉਸਨੇ ਆਪਣੇ ਪੁੱਤ ਨੂੰ 4 ਲੱਖ ਦੇ ਕਰੀਬ ਪੈਸਾ ਲਗਾ ਕੇ ਨਿਊਜ਼ੀਲੈਂਡ ਦਾ ਵੀਜ਼ਾ ਲਗਵਾਇਆ ਅਤੇ ਕੁਝ ਹੀ ਦਿਨ ਬਚੇ ਸੀ ਕਿ ਉਸਨੇ ਨਿਊਜ਼ੀਲੈਂਡ ਦੀ ਫਲਾਈਟ ਫੜਨੀ ਸੀ, ਜਿਸ ਕਾਰਨ ਉਸਦੀ ਪਤਨੀ ਨੇ ਆਪਣੇ ਪਤੀ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਚੁੱਕ ਕੇ ਉਸਦਾ ਪਾਸਪੋਰਟ ਹੀ ਫੜ ਦਿੱਤਾ। ਉੱਥੇ ਦੂਜੇ ਪਾਸੇ ਨੌਜਵਾਨ ਦੀ ਪਤਨੀ ਨੇ ਕੈਮਰੇ ਸਾਹਮਣੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਸਾਫ ਸ਼ਬਦਾਂ ਦੇ ਵਿੱਚ ਕਿਹਾ ਕਿ ਉਹ ਆਪਣੀ ਬੇਟੀ ਨਾਲ ਘਰ ਦੇ ਵਿੱਚ ਇਕੱਲੀ ਰਹਿੰਦੀ ਹੈ, ਉਸਦਾ ਘਰ ਦੇ ਵਿੱਚ ਦਿਲ ਨਹੀਂ ਲੱਗਦਾ, ਉਸਦਾ ਪਤੀ ਇੱਥੇ ਰਹਿ ਕੇ ਵੀ ਕੰਮ ਕਰ ਸਕਦਾ, ਜਿਸ ਕਾਰਨ ਉਸਨੂੰ ਆਪਣੇ ਪਤੀ ਦੇ ਵਿਦੇਸ਼ ਜਾਣ ਤੇ ਪਰੇਸ਼ਾਨੀ ਸੀ ਤੇ ਉਸਨੇ ਗੁੱਸੇ ਦੇ ਵਿੱਚ ਆ ਕੇ ਪਾਸਪੋਰਟ ਹੀ ਫਾੜ ਦਿੱਤਾ। ਕੱਲ ਬਾਅਦ ਕੀ, ਬਸ ਮੈਂ ਅਗਲੇ ਮਹੀਨੇ ਜਾਣਾ ਸੀ 2 ਤਰੀਕ ਨੂੰ, ਪੈਸੇ ਭਰੇ ਸੀ, ਸਾਰਾ ਕੁਛ ਖਰਾਬ ਹੋ ਗਿਆ, ਸਭ ਕੁਛ, ਮੈਂ ਜਾਣਾ ਸੀ ਨਿਊਜ਼ੀਲੈਂਡ। ਪਹਿਲਾਂ ਕਿੱਥੋਂ ਆਏ? ਪਹਿਲਾਂ ਦੁਬਈ ਤੋਂ ਆਇਆ ਸੀ ਮੈਂ, ਉੱਥੇ ਲਾ ਗਿਆ, ਉੱਥੇ ਲਾ ਗਿਆ 1.5 ਸਾਲ। ਹਾਂਜੀ 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 ਨਾਲ ਬਾਅਦ ਕੀ ਘਰੇ ਲੜਾਈ, ਉਹਨੇ ਪਾਸਪੋਰਟ ਪਾੜ ਦਿੰਦੀ, ਮੈਂ ਨਹੀਂ ਜਾਣ ਦੇਣਾ, ਤੇ ਮੇਰੀ ਬਸ ਇਹੋ ਹੀ ਹੈ ਕਿ ਬਸ ਮੇਰੀ ਕਾਰਵਾਈ ਜੋ ਬਣਦੀ ਬਸ ਕਰਨਾ। ਪਾਸਪੋਰਟ ਬਹੁਤ ਮੁਸ਼ਕਿਲ ਨਾਲ ਬਣਿਆ, ਬਹੁਤ ਜ਼ਿਆਦਾ ਮੁਸ਼ਕਿਲ ਨਾਲ ਪਾਸਪੋਰਟ ਬਣਿਆ, ਬਹੁਤ ਜ਼ਿਆਦਾ। ਕਰਨ ਕੀ, ਮੈਂ ਕਿਹਾ ਵੀ ਨਹੀਂ ਸਾਹਿਲ ਜਾਣਾ, ਵੀ 1.5 ਸਾਲ ਅੱਗੇ ਲਾਇਆ, ਅਸੀਂ ਮਾਵਾਂ ਧੀਆਂ, ਕਦੀ ਆਪਦੇ ਮਾਪਿਆਂ ਤੇ ਕਦੀ ਇੱਥੇ, ਕਦੀ ਮਾਪਿਆਂ ਤੇ ਕਦੀ ਇੱਥੇ, ਸੱਸ ਮੇਰੀ ਕਿਹੜਾ ਘਰੇ ਰਹਿੰਦੀ, ਇਹ ਆ ਇੱਕ ਦਿਨ ਕਦੀ ਸ਼ਹਿਰ ਕਦੀ ਕਿੱਥੇ, ਅਸੀਂ ਦੋਵੇਂ ਮਾਵਾਂ ਧੀਆਂ ਘਰੇ। ਹਾਂਜੀ ਮੈਂ ਪਾੜਿਆ, ਮੈਂ ਝੂਠ ਨਹੀਂ ਬੋਲਦੀ। ਇੱਥੇ ਰਹਿੰਦਾ ਸੀਗਾ, ਚੱਲ ਮੇਰਾ ਮਾਮਾ ਨਹੀਂ ਹੈਗਾ, ਪੈਸਾ ਅੰਕਲ ਹੈਗਾ, ਏ ਅੰਕਲ ਪਾਉਂਦਾ ਏ ਪੈਸਾ, ਤੇਲਾ ਮਹੀਨੇ ਬਾਅਦ ਪਾਉਂਦਾ, 50,000 ਪਾਤਾ, 40 ਪਾਤਾ, ਇਹ ਵੀ ਤਾਂ ਕਮਾਉਂਦਾ ਹੀ ਏ। ਇੱਥੇ ਵੀ ਰੱਖ ਕਮਾਉਂਦਾ ਸੀ ਤੇ ਕੀ ਹੁਣ ਨੀ ਕਮਾਇਆ ਜਾਂਦਾ, ਕਮਾ ਸਕਦਾ ਇੱਥੇ ਚਿੱਟਾ ਕਿਹੜਾ ਏ, ਸਾਨੂੰ ਕੋਈ ਵੇਖਦਾ ਨੀ ਚਿੱਟਾ ਇੱਥੇ ਕਿਹੜਾ ਹੈਗਾ। ਗੱਲ ਕੋਈ ਨੀ ਹੋਈ, ਬਸ ਮੈਂ ਕਿਹਾ ਵੀ ਸਾਹਿਲ ਨਹੀਂ ਜਾਣਾ, ਫਿਰ ਮੈਂ ਗੁੱਸੇ 'ਚ ਇਹੀ ਪੜਨ ਮੇਰੇ ਗਲ ਪਿਆ, ਪੇੜਾਂ ਮਾਰੀਆਂ ਮੇਰੇ। ਮੇਰਾ ਮੁੰਡਾ ਇੱਕ ਡੈਡੀਆਂ ਦਾ ਸਿਰ ਤੇ ਨਹੀਂ ਹੈਗਾ, ਮੈਂ ਕੰਮ ਕਾਰ ਕਰਕੇ ਪਹਿਲਾਂ 2 ਲੱਖ ਲਾ ਕੇ ਦੁਬਈ ਭੇਜਿਆ, ਉੱਥੋਂ ਆਏ 26 ਤਰੀਕ ਨੂੰ ਜੀ, ਤੇ ਹੁਣ ਇਹਦੀ 10ਵੇਂ ਮਹੀਨੇ ਟਿਕਟ ਸੀ, ਮੈਂ 4 ਲੱਖ ਭਰਿਆ, 2 ਤਰੀਕ ਦੇ ਵੀ ਜਾਣਾ ਸੀ, ਤੇ ਘਰ ਦੇ ਲੜਦੇ ਨੇ ਤਾਂ ਪਾਸਪੋਰਟ ਸਾਰਾ ਕੁਛ ਪਾੜ ਦਿੱਤਾ, ਦੱਸੋ ਮੈਂ ਐਡੀ ਮੁਸ਼ਕਿਲ ਨਾਲ ਪੈਸੇ ਭਰੇ ਕਰਜ਼ਾ ਚੱਕ ਚੱਕ ਕੇ। ਹਾਂਜੀ ਦੁਬਈ ਤੋਂ ਆਏ, 10 ਦਿਨ ਹੋਏ ਇਹਨੂੰ ਆਏ ਨੂੰ, ਅਗਲੇ ਨਿਊਜ਼ੀਲੈਂਡ ਦਾ ਨਹੀਂ ਆਉਂਦਾ। ਹਾਂਜੀ ਹਾਂਜੀ
ਤੇ ਘਰ ਦੀ ਨੇ ਕਰਤਾ ਸਾਰਾ ਕੁਛ, ਹੁਣ ਕੀ ਕਾਰਵਾਈ ਕੀਤੀ ਜਾਵੇ, ਸਾਰਾ ਕੁਛ ਪਾੜਤਾ। ਉਹ ਕਹਿੰਦੇ ਵੀ ਇੱਥੇ ਘੁਮਾ ਮੈਨੂੰ, ਇੱਥੇ ਮੁੱਠਾ ਕੰਮ ਕਰ, ਕੀ ਕਰੇ ਦੋ ਨੰਬਰ ਦਾ ਕਰੇ ਇੱਥੇ ਕੰਮ, ਇੱਥੇ ਨਸ਼ਾ ਨੀ ਰਿਹਾ, ਮੈਂ ਨਹੀਂ ਆਪਦੇ ਬੱਚੇ ਨੀ ਰੱਖਣਾ ਨਸ਼ੇ ਚ। ਹਾਂਜੀ ਅੱਗੇ ਮੈਂ 2 ਲੱਖ ਲਾ ਕੇ ਭੇਜਿਆ ਕਰਜ਼ਾ ਚੱਕ ਕੇ, ਨਸ਼ੇ ਕਰਕੇ ਭੇਜਿਆ ਮੈਂ, ਕਿਉਂਕਿ ਇੱਥੇ ਮੈਂ ਨਸ਼ੇ ਚ ਰੱਖਾ ਉਹਦੇ ਪੁੱਤਰ ਨੂੰ, ਇੱਥੇ ਨਸ਼ਾ ਇੱਕੋ ਮੁੰਡਾ ਹੈ, ਡੈਡੀ ਨੀ ਹੁੰਦਾ ਹੈਗਾ, 10 ਸਾਲ ਹੋ ਗਏ ਪੂਰੇ ਹੋਏ ਨੂੰ। ਮੈਂ ਭੇਜਿਆ ਮਿਹਨਤ ਕਰਕੇ, 4 ਲੱਖ ਹੁਣ ਲਾਇਆ, 10ਵੇਂ ਮਹੀਨੇ 2 ਤਰੀਕ ਨੂੰ ਫਲੈਟ ਸੀ। ਦੇਖੋ ਇਹਦੀ ਕਾਰਵਾਈ ਕੀਤੀ ਜਾਵੇ।